ਹਰਿਆਣਾ ਪੁਲਿਸ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਸ਼ਿਆਂ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ। ਪੁਲਿਸ ਕੇਵਲ FIR ਹੀ ਦਰਜ ਨਹੀਂ ਕਰ ਰਹੀ, ਸਗੋਂ ਡੂੰਘਾਈ ਦੇ ਨਾਲ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰ ਰਹੀ ਹੈ। 20 ਫਰਵਰੀ ਨੂੰ ਪੁਲਿਸ ਨੇ 1.5 ਕਿਲੋ ਫੀਮ ਸਮੇਤ ਮੋਗਾ ਦੇ 2 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਕੇਂਦਰੀ ਜੇਲ੍ਹ ਕਪੂਰਥਲਾ ਦੇ ਵਿੱਚ ਬੈਠੇ ਮੋਗਾ ਵਾਸੀ ਵਰਿੰਦਰ ਸਿੰਘ ਦੇ ਇਸ਼ਾਰੇ ਉੱਤੇ ਵਿਅਕਤੀ ਕੰਮ ਕਰਦੇ ਸੀ। ਇਸ ਤੋਂ ਬਾਅਦ ਜੇਲ੍ਹ ਤੋਂ ਵਰਿੰਦਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਨੇ 2 ਵੱਖ ਵੱਖ ਮਾਮਲਿਆਂ ਦੇ ਵਿੱਚ 1 ਕਿਲੋ ਅਫੀਮ ਅਤੇ 1 ਕਿਲੋ ਚਰਸ ਸਮੇਤ ਕੁੱਲ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ SSP ਅਮਨੀਤ ਕੁੰਡਲ ਦਾ ਕੀ ਕਹਿਣਾ ਹੈ, ਆਓ ਸੁਣ ਲੈਂਦੇ ਹਾਂ। ਅੱਜ ਦੀ ਪ੍ਰੈਸ ਕਾਨਫਰੰਸ ਦਾ ਮੋਟਿਵ ਹੈ ਜੀ, ਜੋ ਸਾਡੀ ਪੰਜਾਬ ਗਵਰਨਮੈਂਟ ਦੀ ਵਿਜ਼ਨ ਹੈ ਜ਼ੀਰੋ ਟੋਲਰੈਂਸ ਟੂਵਰਡਸ ਡਰੱਗਸ, ਔਰ ਜੋ ਸਾਡੇ DG ਪੰਜਾਬ ਵੱਲੋਂ ਵੀ ਸਾਨੂੰ ਇੰਸਟਰਕਸ਼ਨਸ ਹੈ, ਉਹਦੇ ਤਹਿਤ ਹੀ ਸਾਡੀ ਕੰਟੀਨਿਊਸ ਡਰਾਈਵ ਚੱਲਦੀ ਰਹਿੰਦੀ ਹੈ। ਜਿੰਨੇ ਵੀ ਨਸ਼ਾ ਔਰ ਜਿੰਨੇ ਵੀ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ, ਕਿ 20 ਤਰੀਕ ਨੂੰ ਵੀ ਇੱਥੇ 1.5 ਕਿਲੋ ਅਫੀਮ ਦਾ FIR ਲੌਂਚ ਕੀਤਾ ਸੀ, ਕਿਉਂਕਿ ਅਸੀਂ ਸਿਰਫ FIR ਲੌਂਚ ਕਰਨ ਤੱਕ ਹੀ ਨਹੀਂ ਛੱਡਣਾ ਚਾਹੁੰਦੇ। ਜਦੋਂ ਅਸੀਂ ਬੈਕਵਰਡ ਲਿੰਕੇਜ 'ਚ ਗਏ ਉਸ ਕੇਸ 'ਚ, ਅਤੇ ਇੱਕ ਹੋਰ ਬੰਦਾ ਸੀ ਜਿਹੜੇ ਉਹਦੇ ਅਕਿਊਜ਼ ਸੀਗੇ, ਅਨੂ ਕੁਮਾਰ ਔਰ ਹਰਜੀਤ, ਅਤੇ ਦੋਨੋਂ ਮੋਗੇ ਦੇ ਰਹਿਣ ਵਾਲੇ ਆ। ਇਹਨਾਂ ਤੋਂ ਵੀ ਪੁੱਛਗਿੱਛ 'ਚ ਪਤਾ ਲੱਗਿਆ ਕਿ ਇੱਕ ਵਰਿੰਦਰ ਸਿੰਘ ਹੈ, ਉਹ ਵੀ ਮੋਗੇ ਦਾ ਰਹਿਣ ਵਾਲਾ ਹੈ, ਅਤੇ ਇਸ ਟਾਈਮ ਕੇਂਦਰੀ ਜੇਲ੍ਹ ਕਪੂਰਥਲਾ 'ਚ ਬੰਦ ਹੈ ਕਿਸੇ ਕੇਸ 'ਚ। ਉਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆ ਰਹੇ, ਅਤੇ ਅੱਜ ਆਈ ਜਾਏਗਾ ਇਨਫੈਕਟ, ਅਤੇ ਸਾਨੂੰ ਹੋਰ ਉਸ ਕੇਸ 'ਚ ਵੀ ਬੈਕਵਰਡ ਲਿੰਕੇਜ ਪਤਾ ਲੱਗੇਗੀ ਕਿ ਕਿੱਥੋਂ ਆਇਆ ਅਤੇ ਅੱਗੇ ਕਿੱਥੇ ਜਾਣਾ ਸੀ। ਹਿਮਾਚਲ ਦਾ ਜੀ ਅਸੀਂ ਪਤਾ ਕਰਾਂਗੇ, ਹਲੇ ਜੋ ਹੁਣ ਤੱਕ ਦਾ ਸੀਗਾ ਉਹ ਮੈਂ ਤੁਹਾਨੂੰ ਦੱਸ ਦਿੱਤਾ। ਜਦੋਂ ਸਮਰਾਲਾ ਸਬ ਡਿਵੀਜ਼ਨ 'ਚ ਵਰਿਆਮ ਸਿੰਘ DSP ਸਮਰਾਲਾ ਅਤੇ SHO ਸਮਰਾਲਾ ਪਿੰਦਰ ਸਿੰਘ, ਇਹਨਾਂ ਦੀ ਪੁਲਿਸ ਟੀਮ ਵੱਲੋਂ 2 NDPS ਅਤੇ FIR ਲੌਂਚ ਹੋਏ ਹੈ, ਜਿਨ੍ਹਾਂ 'ਚ ਇੱਕ 'ਚ ਸਾਨੂੰ ਕਮਰਸ਼ਲ ਰਿਕਵਰੀ ਹੋਈ ਹੈ 1 ਕਿਲੋ 10 ਗ੍ਰਾਮ ਚਰਸ ਦੀ, ਔਰ ਇੱਕ ਹੋਰ NDPS ਦੇ ਕੇਸ 'ਚ ਸਾਨੂੰ 1 ਕਿਲੋ ਅਫੀਮ ਦੀ ਬਰਾਮਦਗੀ ਹੋਈ ਹੈ। ਇਹਦੀ ਡਿਟੇਲ 'ਚ ਮੈਂ ਦੱਸਣਾ ਚਾਹੂੰਗੀ ਕਿ ਕੱਲ੍ਹ SHO ਸਮਰਾਲਾ ਦੀ ਪਾਰਟੀ ਪੁਲਿਸ ਚੌਕੀ ਹੇਡੋ ਦੇ ਸਾਹਮਣੇ ਉਹਨਾਂ ਦੇ ਨਾਕਾਬੰਦੀ ਕੀਤੀ ਹੋਈ ਸੀ, ਜਦੋਂ ਇੱਕ HP ਨੰਬਰ ਦੀ ਇੱਕ ਆਲਟੋ ਗੱਡੀ ਇਹਨਾਂ ਨੇ ਇੰਟਰਸੈਪਟ ਕੀਤੀ, ਅਤੇ ਜਦੋਂ ਉਹਨੂੰ ਚੈੱਕ ਕਰ ਰਹੇ ਸੀ ਉਹਦੇ 'ਚ 3 ਮੁੰਡੇ ਸਵਾਰ ਸੀਗੇ, 3ੋਂ ਹਿਮਾਚਲ ਦੇ। ਇੱਕ ਦਾ ਨਾਂ ਸੀ ਅੱਛਰ ਸਿੰਘ, ਇਹ ਵਾਸੀ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਦਾ, ਦੂਜਾ ਮੁਕੇਸ਼ ਉਹ ਵੀ ਜ਼ਿਲ੍ਹਾ ਮੰਡੀ, ਔਰ ਤੀਜਾ ਹੇਮਰਾਜ, ਇਹ 3ੋਂ ਹੀ ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ 'ਚ ਰਹਿਣ ਵਾਲੇ। ਅਤੇ ਇਹਨਾਂ ਦੀ ਗੱਡੀ ਦੀ ਜਦੋਂ ਚੈਕਿੰਗ ਹੋਈ ਉਹਦੇ 'ਚ ਡਰਾਈਵਿੰਗ ਸੀਟ ਦੇ ਥੱਲੇ ਇੱਕ ਪੈਕਟ 'ਚ 1 ਕਿਲੋ 10 ਗ੍ਰਾਮ ਚਰਸ, ਵਿਚ ਇਜ਼ ਅ ਕਮਰਸ਼ਲ ਕੁਆਂਟਿਟੀ, ਇਹ ਬਰਾਮਦ ਹੋਈ ਹੈ, ਅਤੇ ਅਕੋਰਡਿੰਗਲੀ FIR ਦਰਜ ਹੋਇਆ ਜ਼ਿਲ੍ਹਾ ਥਾਣਾ ਸਮਰਾਲੇ 'ਚ। ਔਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਇਹ ਚਰਸ ਸੀਗੀ ਇਹਨਾਂ ਨੇ ਕਸੌਲ ਹਿਮਾਚਲ ਤੋਂ ਹੀ ਲੈ ਕੇ ਆ ਰਹੇ ਸੀ, ਅਤੇ ਅੱਗੇ ਇਹਨਾਂ ਨੇ ਖੰਨੇ ਏਰੀਆ 'ਚ ਸਪਲਾਈ ਕਰਨੀ ਸੀ। ਹੁਣ ਅੱਗੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਕਿ ਇਹਦਾ ਕੀ ਬੈਕਵਰਡ ਐਂਡ ਫੋਰਵਰਡ ਲਿੰਕੇਜ ਨਿਕਲਦਾ। ਇਹਨਾਂ 'ਚ ਜੀ ਮੈਂ ਤੁਹਾਨੂੰ ਦੱਸਦੀ ਹਾਂ, ਇੱਕ ਜਿਹੜਾ ਹੈਗਾ ਮੁਕੇਸ਼ ਇਹਨਾਂ 'ਚ ਵਨ ਆਫ ਦਾ ਅਕਿਊਜ਼, ਇਹਦੇ 'ਤੇ ਵੀ ਪਹਿਲਾਂ ਇੱਕ NDPS ਦਾ ਪਰਚਾ ਦਰਜ ਹੈ ਬਿਲਾਸਪੁਰ ਥਾਣਾ ਸਦਰ ਬਿਲਾਸਪੁਰ ਹਿਮਾਚਲ 'ਚ ਪਿਛਲੇ 2022 ਦਾ, ਅਤੇ ਜਿਹੜਾ ਦੂਜਾ NDPS ਦਾ ਪਰਚਾ ਇਹ ਵੀ ਇਹਨਾਂ ਦੀ ਟੀਮ ਹੈਡੋ ਏਰੀਆ 'ਚ ਇੱਕ ਬੰਦਾ ਪੈਦਲ ਆ ਰਿਹਾ ਸੀ ਵਿਅਕਤੀ, ਜਿਹਦਾ ਨਾਂ ਹਰੀ ਨੰਦਨ ਆਰਿਆ ਹੈ, ਇਹ ਬਰੇਲੀ UP ਨੂੰ ਬਿਲੋਂਗ ਕਰਦਾ ਹੈ। ਇਹਦੀ ਜਦੋਂ ਸ਼ੱਕ ਦੇ ਆਧਾਰ 'ਤੇ ਚੈਕਿੰਗ ਕੀਤੀ ਗਈ ਅਤੇ ਉਹਦੇ ਬੈਗ 'ਚੋਂ 1 ਕਿਲੋ ਅਫੀਮ ਬਰਾਮਦ ਹੋਈ ਹੈ, ਅਤੇ ਇਸ 'ਤੇ ਫਿਰ ਪਰਚਾ ਦਰਜ ਕੀਤਾ ਗਿਆ NDPS ਸੈਕਸ਼ਨ 'ਚ। ਔਰ ਇਹ ਪਤਾ ਲੱਗਿਆ ਹੁਣ ਤੱਕ ਦੀ ਤਫਤੀਸ਼ 'ਚ ਕਿ ਇਹ ਜਿਹੜੀ ਅਫੀਮ ਲੈ ਕੇ ਆ ਰਿਹਾ ਸੀ ਇਹਨੇ ਅਰਾਊਂਡ 1.5 ਲੱਖ ਦੇ ਰੇਟ ਦੇ ਹਿਸਾਬ ਨਾਲ ਲੁਧਿਆਣਾ 'ਚ ਕਿਸੇ ਵਿਅਕਤੀ ਨੂੰ ਸਪਲਾਈ ਕਰਨੀ ਸੀ। ਬਾਕੀ ਹਲੇ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਚੈੱਕ ਕਰਾਂਗੇ ਕਿ ਐਗਜੈਕਟਲੀ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿੱਥੇ ਇਹਨੇ ਸਪਲਾਈ ਕਰਨੀ ਸੀ। ਹਲੇ ਤਾਂ ਜੀ ਵੀ ਹੈਵ ਜਸਟ ਲੌਂਚ ਦੀ FIR, ਇਹ ਪ੍ਰੀਲਿਮੀਨਰੀ ਇਨਵੈਸਟੀਗੇਸ਼ਨ ਮੈਂ ਦੱਸ ਦਿੱਤੀ ਹੈ, ਅਤੇ ਅੱਗੇ ਜਾ ਕੇ ਅਸੀਂ ਇਹਨਾਂ ਦਾ ਰਿਮਾਂਡ ਵੀ ਲਵਾਂਗੇ ਐਂਡ ਮੋਰ ਥਿੰਗਸ ਵਿਲ ਕਮ ਟੂ ਲਾਈਟ। ਔਰ ਜਿਹੜਾ ਇਹ ਹਰੀ ਨੰਦਰ ਆ ਰਿਹਾ ਹੈ ਇਹਦਾ ਵੀ ਮੈਂ ਦੱਸਣਾ ਚਾਹੂੰਗੀ ਕਿ ਇਹਦੇ 'ਤੇ ਵੀ ਆਲਰੇਡੀ ਪਿਛਲੇ ਸਾਲ ਇੱਕ NDPS ਦਾ ਪਰਚਾ ਦਰਜ ਹੈ UP ਬਰੇਲੀ 'ਚ। ਸੋ ਇਹ ਇਹਨਾਂ ਦੀ ਸਮਰਾਲਾ ਸਬ ਡਿਵੀਜ਼ਨ ਨੇ ਬੜਾ ਵਧੀਆ ਕੰਟੀਨਿਊਡ ਐਫਰਟ ਕੀਤਾ।